पंजाब पुलिस वालों ऑपरेशन अमृतपाल 12 दिन का समा हो चलिया है। अज 12वें दिन अमृतपाल की एक नवी वीडियो सामने आई है। सिख संगत नूं सरबत खालसा सदन की अपील अमृतपाल सिंह ने की है। विसाखी के मौके तख्त श्री दमदमा साहब विखे सरबत खालसा सद्या जाए तो जथेदार श्री अकाल तख्त साहब इसकी अगवाई करन। इस तों अलावा अमृतपाल ने कहा है कि सरकार वालों जो धक्का किया जा रहा है उसके विरुद्ध सिख संगत आवाज़ बुलंद करे। अमृतपाल की एक एक्सकलूसिव जी वीडियो है ABP सरबत खालसा सद्या जाए। मैं सिख संगतां नूं अपील करदा देशां विदेशां दे विचों जिथे जिथे भी सिख संगतां बैठियां ने ओह वध चढ़ के सरबत खालसा जिहड़ा विसाखी ते होवे उहदे च हिस्सा पाउण ते उत्थे साडे कौम दे मसलिआं दी गलबात होवे, क्योंकि बहुत लंबे समें तों साडी जिहड़ी कौम है ओह वख वख मसलिआं ते छोटे मोटे मोर्चे ला के उलझ रही है। सो सानूं इह चाहीदा वी जे असीं पंजाब दे मसले हल कराउणे आ, जे फड़ो फड़ाई कीती गई नौजवान असीं छडाउणे आ, जिहड़ा हुकूमत ने धक्का कीता है प्रधानमंत्री बाजे के वर्गे सधारण सिखां दे उत्ते, क्योंकि उहने खंडे वाटे दी पॉलिश की सिर्फ इस करके उहनूं NSA ला के असाम भेजिआ, मेरे होर संगियां साथियां नूं असाम भेजिआ गिआ, होरनां नूं फड़ के जेलां च तुन्निआ गिआ। सो इस करके इह सारा जुल्म है, इह सानूं पता ते है वी जिस मार्ग ते असीं तुरे हां उत्थे सारा कुछ सानूं सहिणा पैणा, पर इहदे खिलाफ आवाज़ चुकणी साडा कौमी फर्ज़ है। सो मैं सारी सिख कौम नूं देशां विदेशां दे विच वसदिआं नूं अपील करदा ਵੀ ਜਿਹੜਾ ਸਰਬੱਤ ਖਾਲਸਾ ਵਿਸਾਖੀ ਤੇ ਹੋਣਾ ਚਾਹੀਦਾ ਜਥੇਦਾਰ ਸਾਹਿਬ ਇਸ ਤੇ ਗੌਰ ਕਰਨ, ਕਿਉਂਕਿ ਜਿਹੜੇ ਆਪਾਂ ਜਥੇਦਾਰ ਸਾਹਿਬ ਨੇ ਕਿਹਾ ਕਿ ਆਪਾਂ ਵਹੀਰਾਂ ਕੱਢਾਂਗੇ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ, ਮੇਰੀ ਜਥੇਦਾਰ ਸਾਹਿਬ ਨੂੰ ਬੇਨਤੀ ਹੈ ਵੀ ਲੋਕ ਬਹੁਤ ਜਾਗਰੂਕ ਨੇ, ਲੋਕਾਂ ਦੇ ਮਨ 'ਚ ਜਿਹੜਾ ਹਕੂਮਤ ਨੇ ਪੈ ਖੜਾ ਕੀਤਾ ਇਹਨੂੰ ਤੋੜਨ ਵਾਸਤੇ ਜ਼ਰੂਰੀ ਹੈ ਕਿ ਜਥੇਦਾਰ ਸਾਹਿਬ ਅੱਗੇ ਆ ਕੇ ਆਪ ਇਸ ਸਾਰੇ ਕਾਸੇ ਦੀ ਅਗਵਾਈ ਕਰਨ, ਹੋਰਨਾਂ ਸਮੂਹ ਸਿੱਖ ਜਥੇਬੰਦੀਆਂ ਚਾਹੇ ਉਹ ਦਲ ਪੰਥ ਹੋਣ, ਸੰਪਰਦਾਵਾਂ ਹੋਣ, ਟਕਸਾਲਾਂ ਹੋਣ, ਜਿਹੜੀਆਂ ਵੀ ਸਿੱਖ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਵੀ ਉਹ ਵੀ ਇਹ ਸਰਬੱਤ ਖਾਲਸੇ 'ਚ ਵੱਧ ਚੜ ਕੇ ਹਿੱਸਾ ਪਾਉਣ। ਇਹ ਸਰਬੱਤ ਖਾਲਸਾ ਉਹੋ ਜਿਹਾ ਸਰਬੱਤ ਖਾਲਸਾ ਹੋਣਾ ਚਾਹੀਦਾ ਜਿੱਥੇ ਇੱਕ ਸਮੇਂ ਅਬਦਾਲੀ ਨੇ ਵੱਡਾ ਘੱਲੂਘਾਰਾ ਕੀਤਾ ਸੀ ਅਤੇ ਉਹ ਤੋਂ ਬਾਅਦ 'ਚ ਸਰਬੱਤ ਖਾਲਸਾ ਅਕਾਲ ਤਖ਼ਤ ਸਾਹਿਬ 'ਤੇ ਹੋਇਆ ਸੀ। ਉੱਥੇ ਦਰਬਾਰ ਸਾਹਿਬ ਕੋਈ ਸਿੱਖ ਐਸਾ ਨਹੀਂ ਸੀ ਜਿਹੜਾ ਘਰਾਂ 'ਚ ਰਹਿ ਗਿਆ ਹੋਵੇ, ਜਿਹੜੇ ਤੁਰ ਨਹੀਂ ਸੀ ਸਕਦੇ ਉਹ ਵੀ ਰਿੜਦੇ ਉੱਥੇ ਪਹੁੰਚੇ ਸੀ। ਸੋ ਮੇਰੀ ਸੰਗਤਾਂ ਨੂੰ ਇਹ ਅਪੀਲ ਹੈ ਵੀ ਜੇ ਆਪਾਂ ਪੰਜਾਬ ਦੀ ਜਵਾਨੀ ਬਚਾਉਣੀ ਹੈ, ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਆਓ ਇਸ ਸਰਬੱਤ ਖਾਲਸੇ ਦਾ ਜਿਹੜਾ ਹਿੱਸਾ ਬਣੀਏ ਤੇ ਉੱਥੇ ਆਪਣੇ ਕੌਮੀ ਹੱਕ ਜਿਹੜੇ ਆ ਉਹ ਲਈਏ। ਬਾਕੀ ਜਿਹੜੀ ਗ੍ਰਿਫਤਾਰੀ ਦੀ ਗੱਲ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੱਥ ਹੈ। ਮੈਂ ਚੜ੍ਹਦੀ ਕਲਾਂ 'ਚ ਹਾਂ, ਕੋਈ ਮੇਰਾ ਵਾਲ ਵਿੰਗਾ ਨਹੀਂ ਕਰ ਸਕਿਆ। ਸਤਿਗੁਰ ਸੱਚੇ ਪਾਤਸ਼ਾਹ ਨੇ ਵਿਖੜੇ ਪੈਂਡੇ ਦੇ ਤੋਰਿਆ ਪ੍ਰੀਖਿਆ ਲਈ ਹੈ, ਪਰ ਉਸ ਮਾਲਕ ਨੇ ਚੋਜੀ ਪ੍ਰੀਤਮ ਨੇ ਬਹੁਤ ਸਾਥ ਦਿੱਤਾ ਹੈ। ਐਸਾ ਉਹਨੇ ਮੇਰ ਕਿਰਪਾ ਕੀਤੀ ਹੈ ਵੀ ਜਿਹੜੀ ਬਿਆਨ ਤੋਂ ਬਾਹਰ ਹੈ ਏਡੇ ਵੱਡੇ ਘੇਰੇ ਤੋਂ ਨਿਕਲ ਜਾਣਾ, ਇਹ ਬੜੀ ਵੱਡੀ ਦਿਆਨਦਾਰੀ ਸੀ ਸਤਿਗੁਰ ਸੱਚੇ ਪਾਤਸ਼ਾਹ ਦੀ।